ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਔਰ ਵੈਲਕਮ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਲਓ ਜੀ ਬਾਈ ਪਹਿਲਾਂ ਤਾਂ ਮਿਲੋ ਇਧਰ ਰਾਜੂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਰਾਜੂ ਵਧੀਆ ਜੀ ਵਧੀਆ। ਅੱਜ ਤੁਸੀਂ ਦੇਖਦੇ ਹੋ ਬਾਈ ਫੇਰ ਇਕੱਠੇ ਹੋ ਗਏ। ਅੱਜ ਇਕੱਠੇ ਇਸ ਵਾਸਤੇ ਹੋਏ ਤੁਹਾਨੂੰ ਮਸ਼ੀਨ ਪਰਸੋਂ ਦਿਖਾਈ ਤੀ ਨਾ ਵੀ SMS ਦਾ ਕੰਮ ਜਿਹੜਾ ਰਹਿ ਗਿਆ ਤਾ ਆਪਣਾ ਉਹ ਥੋੜ੍ਹੀ ਜਿਹੀ ਕੰਪਲੀਟ ਨਹੀਂ ਦੀ ਹੈਗੀ ਉਹਦੇ ਕਰਕੇ ਅੱਜ ਕੰਪਲੀਟ ਹੋ ਗਈ। ਦਿਨ ਸੋਮਵਾਰ ਦਿੱਤਾ ਤਾ ਉਹਨਾਂ ਨੇ ਕੰਪਨੀ ਵਾਲਿਆਂ ਨੇ ਆਪਾਂ ਨੂੰ। ਚਲੋ ਅੱਜ ਚੱਲਿਆ ਏਜੰਸੀ ਚ ਨੂੰ ਫਿਰ ਰਾਜੂ ਤੈਨੂੰ ਲੈ ਕੇ ਜਾਣਾ ਪੈਣਾ ਬਾਈ ਮਸ਼ੀਨ ਤਾਂ ਹੁਣ ਲੈ ਜਾਵਾਂਗੇ ਬਾਈ। ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਿਹੜੇ ਆਪਣੇ ਪੱਕੇ ਸਬਸਕ੍ਰਾਈਬਰ ਆ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਥੋੜ੍ਹੀ ਜਿਹੀ ਪ੍ਰੋਬਲਮ ਆ ਘਰ 'ਚ, ਖੁਸ਼ੀ ਪਾਰਟੀ ਵਾਲਾ ਕੰਮ ਹੋਇਆ ਹੋਇਆ ਹੈ ਉਹਦੇ ਕਰਕੇ ਬਾਈ ਮੈਂ ਜਾ ਨਹੀਂ ਸਕਦਾ ਕਿ ਮੈਨੂੰ ਜ਼ਰੂਰੀ ਆ ਬਾਈ ਘਰੇ ਰਹਿਣਾ ਵੀ ਐਂ ਹਸਪਤਾਲ ਜਾਣਾ ਪੈਂਦਾ ਕਦੇ ਸ਼ਾਮ ਸੁਬਾਹ ਜਾਂ ਯਾਰ ਵੀ ਮਾੜਾ ਮੋਟਾ ਦਿੱਕਤ ਆਉਂਦੀ ਆ ਤਾਂ ਜਦੋਂ ਲੈ ਕੇ ਜਾਣਾ ਪੈਂਦਾ। ਫਿਰ ਉਹਦੇ ਬਾਅਦ ਮੈਂ ਹੁਣ ਰਾਜੂ ਨੂੰ ਕਿਹਾ ਮੈਂ ਕਿਹਾ ਤੂੰ ਮਸ਼ੀਨ ਲੈ ਕੇ ਚੱਲ ਸ਼ਾਹਕੋਟ, ਮਸ਼ੀਨ ਪਹੁੰਚਾ ਉਹਨਾਂ ਦੇ ਨਮੋਲ ਵੀਰ ਉਹਨਾਂ ਦੇ ਘਰੇ, ਫਿਰ ਬਾਅਦ 'ਚ ਰਿਪੇਅਰ ਰਪੂਰ ਦਾ ਦੇਖਦੇ ਹਾਂ ਜੇ ਕਿਹੜਾ ਕੰਮ ਚੱਲਣਾ ਉਹ ਵੀ ਹਾਲੇ ਮਹੀਨੇ 'ਚ ਕੰਮ ਚੱਲਣਾ ਉਹਨਾਂ ਅਕਤੂਬਰ 'ਚ ਕਹਿੰਦੇ ਜੀ। ਹੈਂ ਅਕਤੂਬਰ 'ਚ ਕਹਿੰਦੇ। ਹਾਂ ਮੈਂ ਕਿਹਾ ਤੂੰ ਹਾਲੇ ਮਸ਼ੀਨ ਲੈ ਕੇ ਉੱਥੇ ਪਹੁੰਚ ਵੀ ਅੰਕਲ ਉਹਨੀਆਂ 'ਚ ਬੁਲਾਏ ਹੋਏ ਆ, ਅੰਕਲ ਉਹਨੇ ਵਿਚਾਰੇ ਖੰਨੇ ਖੜੇ ਆ, ਮੈਂ ਹੋ ਗਿਆ ਲੇਟ ਬਾਈ। ਸਾਡੇ ਪਿੰਡ ਨਾ ਕੁਸ਼ਤੀਆਂ ਦੇ ਮੁਕਾਬਲੇ ਆ ਅੱਜ, ਨੌਵੀਂ ਕਰਕੇ 'ਚ ਕੁਸ਼ਤੀਆਂ ਦੇ ਮੁਕਾਬਲੇ ਸਾਡੇ ਪਿੰਡ ਵੀ ਪ੍ਰੋਗਰਾਮ ਕਰਿਆ। ਉਹ ਮੈਨੂੰ ਕਹਿੰਦੇ ਵੀ ਤੂੰ ਪਹਿਲਾਂ ਕਹਿੰਦੇ ਤੇ ਲੈਬ ਕਰਨਾ, ਫਿਰ ਲੈਬ ਤੇ ਗਾਂ ਜਿਹੜਾ ਮੁੰਡੇ ਲੈਬ ਕਰਨਾ ਤਾਂ ਉਹਦੀ ਕੋਈ ਗੱਲਬਾਤ ਬਣੀ ਨਹੀਂ। ਫਿਰ ਚਲੋ ਮੈਨੂੰ ਕਹਿੰਦੇ ਵੀ ਬਲੌਗ, ਤੂੰ ਬਲੌਗ ਤਾਂ ਪਾ ਸਕਦਾ। ਮੈਂ ਚਲ ਬਲੌਗ ਬਾਈ 10 ਨਹੀਂ, 1 ਨਹੀਂ ਮੈਂ 10 ਪਾ ਦਾਂਗਾ, ਮੇਰੇ ਪਿੰਡ ਦਾ ਕੰਮ ਆ, ਕੋਈ ਗੱਲ ਨਹੀਂ ਫ੍ਰੀ ਆ ਨਾਲੇ ਉਹ, ਕੋਈ ਆਪਾਂ ਉਹਦੇ ਪਰ ਚਾਰਜ ਨਹੀਂ ਹੈਗਾ। ਉਹੀ ਉਹਦੇ ਕਰਕੇ ਥੋੜ੍ਹੇ ਜਿਹੇ ਹੋ ਗਏ ਲੇਟ, ਅੰਕਲ ਹੋਣੀ ਖੜੇ ਖੰਨੇ ਡੀਕਦੇ ਆ ਹੁਣ। ਚੱਲੀਏ ਫਿਰ। ਹਾਂਜੀ ਹਾਂਜੀ। ਰਾਜੂ ਵਿਚਾਰਾ ਤੈਨੂੰ ਵੀ ਕਹਿੰਦਾ ਘੰਟਾ ਡੇਢ ਘੰਟਾ ਹੀ ਹੋ ਗਿਆ ਖੜੇ, ਘੰਟਾ ਡੇਢ ਘੰਟਾ ਇਹਨੂੰ ਖਵਾਣੋ ਕਢਾ ਕੇ ਰੱਖਿਆ। ਚਲੋ ਬਾਈ ਕੋਈ ਨਹੀਂ, ਕਹਿੰਦੇ ਕਿਆ ਪਤਾ ਕੋਈ ਚੰਗਾ ਹੀ ਹੋਇਆ। ਹਸਪੁਰ ਜਿੰਨੀ ਕਹਿੰਦੇ ਕਾਲੀ ਉਨੇ ਟੋਏ, ਫਾਟਕ ਲੱਗੇ ਹੋਏ ਆ, ਲਾਈਨ ਨਵੀਂ ਲਾਈਨ ਬਣੀ ਆ ਬਾਈ ਸਾਡੇ ਨਾ ਜਿਹੜੀ ਆਪਣੇ ਇੱਥੇ ਤੇ ਚੰਡੀਗੜ੍ਹ ਤੇ ਲੁਧਿਆਣੇ, ਉਦੋਂ ਲੁਧਿਆਣੇ ਨੂੰ ਲਾਈਨ ਬਣੀ ਆ ਨਵੀਂ ਹੈ, ਥੋੜ੍ਹੇ ਟਾਈਮ ਹੋਇਆ ਲਾਈਨ ਬਣੀ ਨੂੰ ਅਜੇ। ਫਾਟਕ ਇਹਦੇ ਲੱਗੇ ਹੋਏ ਆ, ਟ੍ਰੇਨ ਜਿਹੜੀ ਆਉਂਦੀ ਬਹੁਤ ਘੱਟ ਆ, ਪਰ ਜੇ ਆਉਂਦੀ ਆ ਫਿਰ ਅੱਧਾ ਘੰਟਾ ਪਹਿਲਾਂ ਹੀ ਫਾਟਕ ਲੱਗ ਜਾਂਦੇ ਆ। ਚਲੋ ਹੁਣ ਤੁਹਾਨੂੰ ਮਿਲਾਉਂਦੇ ਹਾਂ ਅੰਕਲ ਹੁਣਾਂ ਜਾ ਕੇ ਖੰਨੇ ਹੀ। ਆ ਗਈ ਬਾਈ ਟ੍ਰੇਨ, ਬੜੀ ਸਪੀਡ 'ਚ ਆਉਂਦੀ ਆ, ਬਹੁਤ ਬੜੀਆਂ। ਲੈ ਬਾਈ ਦੇਖ ਲਓ ਅੱਧਾ ਘੰਟਾ ਹੋ ਗਿਆ ਖੜੀ, ਟ੍ਰੇਨ ਦੇਖ ਲਓ ਤੁਸੀਂ ਕਿੱਡੀ ਆ, ਛੋਟੀ ਜਿਹੀ ਟ੍ਰੇਨ ਗਈ ਆ, ਅੱਧਾ ਘੰਟਾ ਹੋ ਗਿਆ ਰਾਜੂ ਖੜਿਆਂ ਨੂੰ ਹੈ। ਲਓ ਜੀ ਬਾਈ ਪਹੁੰਚ ਗਏ ਮਸ਼ੀਨ ਦੇ ਕੋਲ, SMS ਦਾ ਹੋ ਗਿਆ ਕੰਮ ਕੰਪਲੀਟ, ਸਟਿੱਕਰ ਸਟੁੱਕਰ ਲੱਗ ਗਏ ਜਿਹੜੇ ਲੱਗਣੇ ਤੇ। ਹਾਂਜੀ ਵੀਰ ਕੀ ਹਾਲ ਹੈ? ਦੇਖੋ ਬਾਈ ਸਟਿੱਕਰ ਸਟੁੱਕਰ ਲੱਗ ਕੇ ਐਨ ਬਣ ਗਈ ਟਾਵਰ ਗੱਡੀ ਦੀ ਆਪਣੀ ਦੀ। ਉਹਦੇ ਬਾਅਦ ਹੁਣ ਆਪਾਂ SMS ਆਪਣਾ ਹੋ ਗਿਆ ਕੰਪਲੀਟ, ਇਹਨੂੰ ਲੈ ਕੇ ਜਾਵਾਂਗੇ, ਬਸ ਹੁਣ ਤਿਆਰੀ ਉਹ ਆ, ਇਹਦਾ ਬਿੱਲ ਬੁੱਲ ਕੱਟ ਕੇ ਫਿਰ ਲੈ ਜਾਵਾਂਗੇ ਇਹਨੂੰ ਲਿਜਾ ਕੇ। ਉਹਦੇ ਬਾਅਦ ਮਾੜਾ ਜਿਹਾ ਔਗਰ ਤੇ ਬਾਈ ਜਿਵੇਂ ਟਰਾਲੀ ਟਰੂਲੀ ਬਿੱਡ ਬੜੇ ਬੁੜੇ ਵਾਲੀ ਹੁੰਦੀ ਆ, ਔਗਰ ਤੇ ਮਾੜਾ ਜਿਹਾ ਥੋੜ੍ਹਾ ਜਿਹਾ ਪੇਂਟ ਜਿਹਾ ਉਤਰ ਗਿਆ ਤਾ, ਪੇਂਟ ਜਿਹਾ ਵੀ ਕਰਾਤਾ। ਬਾਕੀ ਜਿਵੇਂ ਔਗਰ ਦਾ ਤੁਸੀਂ ਦੇਖਿਆ ਹੀ ਹੋਣਾ ਵੀ ਆਹ ਵਿੱਚ ਤੇ ਗੰਦ ਜਾ ਕੇ ਨਾ ਮੈਲ ਜੀ ਉਰੇ ਬਹੁਤ ਬੁਰਾ ਲੱਗਦਾ ਤਾ, ਚਿੱਟੇ ਜੇ ਥੱਲੇ ਨੂੰ ਗਿਰੇ ਉਹ ਵੀ ਪਵਾਤੇ, ਪੇਂਟ ਕਰਵਾਤਾ। ਬਾਕੀ ਆਪਣੀ ਗੱਡੀ ਹੁਣ ਰੈਡੀ ਆ, SMS ਤਾਂ ਤੁਸੀਂ ਦੇਖ ਕੇ ਲਿਆ ਤਾ, ਪਿਛਲੀ ਵੀਡੀਓ 'ਚ ਵੀ ਆਪਣਾ SMS ਲੱਗੇ ਗਿਆ ਤਾ। ਚਲੋ ਹੁਣ ਕੱਢਦੇ ਹਾਂ ਕੰਬਾਈਨ ਨੂੰ ਬਾਹਰ, ਅੰਕਲ ਹੋਣੀ ਅੰਦਰ ਤੇ ਬਿੱਲ ਬੁੱਲ ਲੈਣ ਲੱਗੇ, ਬਿੱਲ ਲੈ ਕੇ ਫਿਰ ਨਿਕਲਦੇ ਹਾਂ ਏਜੰਸੀ 'ਚੋਂ ਬਾਹਰ, ਫਿਰ ਰਾਜੂ ਨੂੰ ਤੋਰਦੇ ਹਾਂ ਮਸ਼ੀਨ ਲੈ ਕੇ। ਲਓ ਜੀ ਬਾਈ ਨਿਕਲ ਗਈ ਕੰਬਾਈਨ, SMS ਲੈ ਕੇ ਰਾਜੂ ਨਿਕਲ ਗਿਆ ਮਸ਼ੀਨ। ਬਾਕੀ ਹੁਣ ਮਿਲਦੇ ਹਾਂ ਆਪਾਂ ਭਾਜੀ ਉਹਨਾਂ ਨੂੰ, ਨਿਕਲ ਕੇ ਚੱਲ ਗਈ ਮਸ਼ੀਨ ਸ਼ਾਹਕੋਟ ਨੂੰ। ਬਾਕੀ ਇੱਧਰ ਇਹ ਭਾਜੀ ਉਹਨੀ ਆਏ ਹੋਏ ਆ। ਹੋਰ ਜੀ ਭਾਜੀ ਕੀ ਹਾਲ ਹੈ ਜੀ? ਇਹ ਭਾਜੀ ਨੇ ਆਪਣੀ ਵੀਡੀਓ ਦੇਖਦੇ ਆ ਆਪਣੇ ਸਬਸਕ੍ਰਾਈਬਰ, ਕਿੱਥੇ ਤੋਂ ਵੀਰ, ਕਿਹੜਾ ਪਿੰਡ ਆ ਜੀ ਆਪਣਾ? ਮੁੱਲਾ ਪਰਦਾਖਾ ਤੋਂ ਵੀਰ, ਉਹਨਾਂ ਨੇ ਸੀਜ਼ਨ 'ਚ ਵੀ ਮੈਨੂੰ ਫੋਨ ਕਰਿਆ ਤਾਂ ਕਹਿੰਦੇ ਵੀ ਆਈ ਗੇੜਾ ਮਾਰ ਕੇ ਜਾਈ ਭਾਈ, ਤੁਹਾਡੇ ਕੋਲ ਡਬਲ ਥਰੈਸ਼ਰ ਮਸ਼ੀਨ ਤੁਹਾਡੇ ਕੋਲ ਇਹਨਾਂ ਦੀ ਕਿੱਦਾਂ ਚੱਲੀ ਹੈ ਜੀ? ਵਧੀਆ ਚੱਲਦੀ ਆ। ਬਾਕੀ ਬਾਈ ਇਹ ਬਾਈ ਉਹਨਾਂ ਪੈ ਕਿੰਨਾ ਮਾਡਲ ਆਪਣੇ ਕੋਲ ਪਹਿਲਾਂ? 10 ਮਾਡਲ, 10 ਮਾਡਲ ਕਰਤਾਰ ਦਾ ਜੀ, 12 ਵੇਚ ਸੀ ਜੀ, 14 ਮਾਡਲ ਹੈਗੀ ਹੈ ਜੀ। ਅੱਛਾ ਜੀ, ਤੇ ਇੱਕ 20 ਮਾਡਲ ਹੈਗੀ ਹੈ ਜੀ। ਅੱਛਾ ਵੀ ਹੁਣ 10 ਮਾਡਲ ਦਾ ਕੰਮ ਇੱਥੇ ਕਰਾਉਣ ਲੱਗੇ ਹੋਏ ਆ। ਦੇਖ ਲਓ ਬਾਈ 10 ਮਾਡਲ ਦਾ ਫੇਰ ਦੁਬਾਰਾ ਨਾਭੇ 'ਚ ਲਿਆ ਕੇ, ਬਾਕੀ ਦੇ ਕਿਹੜੇ ਮਿਸਤਰੀ ਕੋਲ ਕਢਾਈ ਹੋਈ ਆ? ਦਲਵੀਰ ਹੈ ਜੀ, ਦਲਵੀਰ ਕੋਲੇ ਕਢਾਈ ਹੋਈ ਆ। ਠੀਕ ਆ ਠੀਕ ਆ। ਹੋਰ ਬਾਈ ਵਧੀਆ ਠੀਕ ਠਾਕ ਹੋ? ਅੱਜ ਇੱਧਰ ਕਿਵੇਂ ਫਿਰਦੇ ਤੇ? ਓਏ ਜੀ ਇੱਥੇ ਤਾਂ ਆਉਂਦੇ ਹੀ ਰਹੀਦਾ ਬਾਈ, ਉਹਨਾਂ ਨਾਲ ਪਿਆਰ ਬਹੁਤ ਆ। ਉਹਨੇ ਬੰਦੇ ਵਧੀਆ, ਬੰਦੇ ਬਹੁਤ ਵਧੀਆ ਸਾਰੇ ਇਹਨਾਂ ਦੇ ਜਿੰਨੇ ਵੀ ਹੈਗੇ ਆ ਨਾ, ਸਟਾਫ ਮੈਂਬਰ ਵੀ ਜਾਂ ਮਾਲਕ ਵੀ ਬਹੁਤ ਵਧੀਆ ਬੰਦੇ ਆ। ਹਾਂਜੀ ਭਾਜੀ ਤੁਹਾਨੂੰ ਕਿਵੇਂ ਲੱਗਿਆ ਅੱਜ? ਹਾਂਜੀ ਬੜੀ ਖੁਸ਼ੀ ਹੋਈ, ਦੂਸਰੀ ਵਾਰ ਆਏ ਆ। ਵੈਸੇ ਮਸ਼ੀਨ ਨਹੀਂ ਦੂਸਰੀ, ਦੂਸਰੀ ਸਲਾਹ ਬਣਦੀ ਵੀ ਅੱਜ, ਪਰ ਅਜੇ ਪੇਂਟਿੰਗ ਰੱਖਤਾ ਕੰਮ।
ਚੱਲੀਏ ਜੀ ਫਿਰ ਆਪਾਂ ਮਸ਼ੀਨ ਤਾਂ ਚੱਲ ਗਈ। ਚਲੋ ਚੱਲਦੇ ਆ ਬਾਈ ਹੁਣ, ਠੀਕ ਆ ਭਾਜੀ। ਹੁਣ ਅੱਜ ਮਸ਼ੀਨ ਪਰਾਏ ਤੇ ਕਾਲੇ ਦੀ ਪਰ ਲੱਗੇ ਹੋਏ ਆ ਆਪਣੇ ਫੀਟਰ ਵਾਲੀ ਸ਼ਾਫਟ ਰਹਿਣ ਤੇ ਮੂਹਰੇ ਵਾਲੀ ਸਰੋਫਟ ਜਿਹਦੇ ਆਪਣੇ ਗੇਅਰ ਪੈਂਦੇ ਆ ਬੜੇ ਗੇਅਰ, ਉਹ ਵਾਇਰਿੰਗ ਰਹਿਣ ਤੇ 6 ਨੰਬਰ ਦੇ ਉਹਨਾਂ ਨੂੰ ਗਰੀਸ ਗਰੂਸ ਕਰਕੇ ਕੰਪਲੀਟ ਕਰਤੀ। ਬਾਕੀ ਹੋਰ ਇਹਦਾ SMS ਰਹਿ ਗਏ, ਬਾਕੀ ਹੋਰ ਤਾਂ ਸਾਰੀ ਕੰਪਲੀਟ ਆ। ਟੋਟਲੀ ਇੰਜਨ ਉਂਜਨ ਦੀ ਸਰਵਿਸ ਰਹਿ ਗਈ, ਉਹ ਵੀ ਕਰਾਂਗੇ ਬਾਅਦ 'ਚ ਕਰਾਂਗੇ, ਹਜੇ ਥੋੜ੍ਹਾ ਜਿਹਾ ਰੁਕ ਕੇ ਜਿੱਦਾਂ ਚਲਾਵਾਂਗੇ ਨਾ। ਬਾਕੀ ਆਪਣਾ SMS ਰਹਿ ਗਿਆ ਇੱਕ, SMS ਲਾ ਕੇ SMS ਉੱਦਣ ਲਾਵਾਂਗੇ ਜਿੱਦਣ ਬਾਈ ਚਲਾਵਾਂਗੇ। ਮੈਨੂੰ ਤਾਂ ਐਤਕੀ ਚਾਂਸ ਲੱਗਦੇ ਨੇ ਵੀ SMS ਚੱਲੂਗਾ। ਬਾਕੀ ਆਪਣੇ ਗਰੀਸ ਗਰੂਸ ਸਾਰਾ ਕਰਿਆ ਹੋਇਆ, ਜਿਹੜੀ SMS ਵਾਲੀ ਪੁਲੀ ਪਾਲੀ ਆ ਸਾਰਾ ਆਪਣਾ ਲੱਗਿਆ ਹੋਇਆ, ਟੋਟਲੀ ਐਡਲ ਵੀ ਲੱਗਿਆ ਹੋਇਆ। ਆਪਾਂ ਬੈਲਟਾਂ ਪਾਉਣੀਆਂ, SMS ਦੇ 2 ਨਾਟ ਪਾ ਕੇ ਚਲਾ ਦੇਣੀ, ਠੀਕ ਹੈ ਜੀ। ਉਹ ਤੋਂ ਬਾਅਦ ਇੱਕ ਮੇਰਾ ਵੀਰ MP ਦੇ ਦਾ, ਆਹ ਵੀਰ ਨੇ ਵੀਡੀਓ ਬਾਈ ਕਹਿੰਦਾ ਵੀ ਆਪਣੇ ਇਹਦੀ ਵੀਡੀਓ ਜ਼ਰੂਰ ਬਣਾਈ ਲਓ ਵੀਰੇ, ਦੇਖ ਲਓ ਵੀਡੀਓ ਇਹਦੀ। ਇਹ MP ਵਾਲੇ ਵੀਰ ਦਾ ਇੱਕ ਫੋਨ ਆਇਆ ਤਾ, ਕਹਿੰਦਾ ਬਾਈ ਸਾਡੇ ਕੋਲ ਇਹੀ ਮਾਡਲ ਮਸ਼ੀਨ ਆ ਵੀ ਥੋੜ੍ਹੀ ਜਿਹੀ ਬੈਲਟਾਂ ਦੀ ਪ੍ਰੋਬਲਮ ਆਉਂਦੀ ਆ, ਨੰਬਰਾਂ ਸਾਡੇ ਹੈ ਨਹੀਂ। ਲਓ ਜੀ ਬਾਈ ਆਪਾਂ ਦਿਖਾਤੀਆਂ ਸਾਰੀਆਂ ਬੈਲਟਾਂ, ਠੀਕ ਹੈ ਜੀ। ਉਹਦੇ ਬਾਅਦ ਆਪਣਾ ਕਲੱਚ ਪਲੇਟ ਦਾ ਆਪਾਂ ਕਰੇ ਦਿੱਤਾ ਸਾਰਾ ਓਕੇ, ਆਪਣਾ ਮਸ਼ੀਨ ਆਪਣੀ ਰੈਡੀ ਆ ਚੱਲਣ ਵਾਸਤੇ। ਚਲੋ ਹੁਣ ਤੁਹਾਨੂੰ SMS ਦੀ ਇੱਕ ਜਾਣਕਾਰੀ ਆ, ਆਪਣੇ ਨਾ ਬਹੁਤ ਪਿਛਲੇ ਸਾਲ ਧਾਨਾ ਦੇ ਵੀਰੇ ਦੀ ਬਹੁਤ ਕੰਪਲੇਂਟ ਆਈ ਵੀ ਸਟਾਫ ਵਰਕਰ ਬਾਈ ਟੁੱਟਦੇ ਆ, ਕਿਆ ਕਰੀ ਇਲਾਜ ਕਰੀਏ ਕਿਵੇਂ ਇਲਾਜ ਕਰੀਏ, SMS ਕਰਕੇ ਬਾਈ ਸਟਾਫ ਵਰਕਰ ਬਹੁਤ ਟੁੱਟੇ ਆ ਪਿੱਛੇ। ਹੁਣ ਬਾਈ ਤੁਹਾਨੂੰ ਇੱਕੋ ਗੱਲ ਦੱਸਾਂਗੇ ਵੀਡੀਓ ਦੇ ਵਿੱਚ, ਜਿਹੜੇ ਮੇਰੇ ਵੀਰ ਨੇ ਲਵਾ ਲਿਆ ਉਹਦਾ ਤਾਂ ਬਹੁਤ ਬਹੁਤ ਵਧੀਆ ਰਹੂਗਾ, ਖਰਾਬ ਨਹੀਂ ਹੋਊਗਾ, ਸਟਾਫ ਵਰਕਰ ਟੁੱਟਣਗੇ। ਬਾਕੀ ਜਿਹਨੇ ਨਹੀਂ ਲਵਾਇਆ ਉਹ ਮੇਰਾ ਵੀਰ ਜ਼ਰੂਰ ਲਵਾਇਓ, ਜ਼ਰੂਰੀ ਬੇਨਤੀ ਹੋਊਗਾ ਕੰਬਾਈਨਾਂ ਵਾਸਤੇ, ਕਿਉਂਕਿ ਉਹੀ ਵੀਰੇ 5-7-10 ਦਿਨ ਦਾ ਸੀਜ਼ਨ ਹੁੰਦਾ, ਜੇ ਉਹੀ ਸੀਜ਼ਨ ਆਪਾਂ ਇਹੋ ਜਿਹੇ ਕੰਮਾਂ 'ਚ ਟੁੱਟ ਭੱਜ ਜਿੰਨਾ ਕੱਢ ਦਈਏ ਤਾਂ ਕੋਈ ਫਾਇਦਾ ਨਹੀਂ ਹੈਗਾ। ਉਹ ਚੀਜ਼ ਕਿਆ ਏ SMS ਨੂੰ ਬਾਈ ਸੈਂਸਰ ਆ ਨਾ ਜਿਹੜਾ, ਜ਼ਰੂਰ ਲਵਾਓ। ਮੈਂ ਕਈ ਮੇਰੇ ਵੀਰਾਂ ਦੇ ਫੋਨ ਆਏ ਬਾਈ ਸਟਾਫ ਵਰਕਰ ਟੁੱਟ ਕੇ ਪਿਛਲੀ ਵਾਰ ਸੈਟਿੰਗ ਕਰਨੀ ਆ, ਤਾਂ ਮੈਂ ਅੱਗੇ ਤੋਂ ਪੁੱਛਦਾ ਬਾਈ ਆਪਾਂ ਸੈਂਸਰ ਲਵਾਇਆ ਹੋਇਆ ਵੀਰ? ਇਹੀ ਗੱਲ ਕਹਿੰਦੇ ਹਾਂ ਵੀ ਸੈਂਸਰ ਬਾਈ ਅਸੀਂ ਨਹੀਂ ਲਵਾਇਆ ਹੋਇਆ, ਸਾਨੂੰ ਨਹੀਂ ਲਾ ਕੇ ਦਿੱਤਾ। ਬਾਕੀ ਨਾ ਆਪਾਂ ਸ਼ਾਹਕੋਟ ਵਾਲੀ ਮਸ਼ੀਨ ਨੂੰ ਲਵਾਉਣਾ, ਜਾਂ ਕੰਪਨੀ ਕੋਈ ਲਾ ਕੇ ਦਿੰਦੀ ਬਾਈ, ਆਪਾਂ ਸ਼ਾਹਕੋਟ ਵਾਲੀ ਮਸ਼ੀਨ ਨੂੰ ਇੱਥੇ ਲਵਾਵਾਂਗੇ, ਦੁਕਾਨ ਵਾਲੇ 'ਤੇ ਲਵਾਵਾਂਗੇ। ਇੱਧਰ ਜਸ਼ਨ ਆ ਗਿਆ, ਤੇਰੇ ਜੱਟ ਦੀ ਟਾਵਰ ਅੱਜ ਤਾਂ ਪੂਰੀ 3 ਕੈਮਰੇ ਨਾਲ ਮੋਬਾਇਲ ਉੱਪਰੇ ਪਾਈ ਫਿਰਦਾ। ਹੋਰ ਸੁਣਾ ਫਿਰ ਹੈਂ? ਬਾਕੀ ਬਾਈ ਆਪਾਂ SMS ਸੈਂਸਰ ਦੀ ਗੱਲ ਕਰਦੇ ਤੇ ਆਪਾਂ ਦੁਕਾਨ ਵਾਲੇ 'ਤੇ ਲਵਾਵਾਂਗੇ, ਉੱਥੇ ਉਹ ਤੁਹਾਨੂੰ ਲਵਾ ਕੇ ਦੱਸਾਂਗੇ, ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਕਿਵੇਂ ਲੱਗਦਾ, ਕਿਵੇਂ ਤਾਰਾਂ ਲੱਗਣੀਆਂ। ਤੁਸੀਂ ਆਸਾਨ ਤਰੀਕੇ ਕਿ ਘਰਾਂ ਵੀ ਲਿਜਾ ਕੇ ਲਾ ਸਕਦੇ ਹਾਂ ਉਹਨੂੰ, ਐਂਡ ਵੀਡੀਓ ਸਾਡੀ ਜ਼ਰੂਰ ਦੇਖਿਓ ਉਹ। ਚਲੋ ਹੁਣ ਤੁਹਾਨੂੰ ਆਪਾਂ ਗਰੀਸ ਵਾਲੀਆਂ ਪਾਈਪਾਂ ਪੂਪਾਂ ਰਹਿੰਦੀਆਂ ਜਾਂਦੀਆਂ, ਬਾਕੀ ਤੁਹਾਨੂੰ ਸੈਂਸਰ ਵੀ ਦਿਖਾਉਣਾ ਉੱਧਰ ਦੇ। ਹੋਰ ਸੁਣਾ ਫਿਰ ਇੱਥੇ? ਅੱਜ ਤਾਂ ਘੜੀ ਬੁਲਾਈ ਫਿਰਦਾ ਮੁੰਡਾ, ਦੂਈ ਘੜੀ ਲਾਈ ਫਿਰਦਾ। ਕਿਹੜੀ ਘੜੀ ਹੈ ਇੱਥੇ? ਅਮਰੀਕਾ ਵਾਲੀ ਹੈ। ਹੋਰ ਚੱਲ ਫਿਰ ਖੰਡੇ। ਚਲੋ ਬਾਈ ਦਿਖਾਉਂਦੇ ਹੁਣ ਤੁਹਾਨੂੰ ਸੈਂਸਰ ਵੀ, ਨਾਲੇ ਥੋੜ੍ਹੀਆਂ ਗਰੀਸ ਵਾਲੀਆਂ ਪਾਈਪਾਂ ਲਵਾਉਣੀਆਂ ਤੇ ਮਸ਼ੀਨ ਨੂੰ, ਚੱਲਦਿਆਂ ਤਲੋਚਨ ਕੋਲ ਨੂੰ ਲੈ ਕੇ, ਉਹ ਵੀ ਪਾਈਪਾਂ ਵੀ ਜ਼ਰੂਰੀ ਆ, ਉਹਨਾਂ ਨੇ ਪੱਲੋ ਪੱਲੀ ਬੰਦ ਹੁੰਦੇ। ਚਲੋ ਨਾਲੇ ਤੁਹਾਨੂੰ ਸੈਂਸਰ ਦਿਖਾ ਦਿੰਦਾ ਇੱਕ ਵਾਰੀ, ਬਾਕੀ ਜਿਹੜੇ ਨੈਕਸਟ ਵੀਡੀਓ ਹੋਊਗੀ ਆਪਣੇ ਸੈਂਸਰ ਵਾਸਤੇ ਆਪਾਂ ਸਪੈਸ਼ਲ ਬਣਾਵਾਂਗੇ ਸਾਰੀ ਟੋਟਲ। ਆਹ ਲੱਗਿਆ ਹੈ ਬਾਈ ਸੈਂਸਰ, ਬਾਕੀ ਇਹਦੇ ਫਿਟਿੰਗ ਕਰਾਂਗੇ ਨਾ ਜਿੱਦਣ, ਤੁਹਾਨੂੰ ਇਹਦੀ ਵੀ ਦਿਖਾਵਾਂਗੇ, ਬਾਕੀ ਨਵੇਂ ਦੀ ਵੀ ਦਿਖਾਵਾਂਗੇ। ਇੰਨਾ ਕੁ ਚੀਜ਼ ਆ ਸੈਂਸਰ, ਇੱਕ ਮੂਹਰੇ ਤੱਕ ਤਾਰ ਜਾਣੀ ਹੈ ਇਹਦੀ ਕੈਬਨ ਤੱਕ, ਤਾਰ ਜਾ ਕੇ ਫਿਰ ਦਿਖਾਵਾਂਗੇ ਤੁਹਾਨੂੰ। ਇੱਧਰ ਆ ਬਾਈ ਡਾਇਗਰਾਮ ਵੀ ਲੱਗਿਆ ਜਿਹੜਾ ਆਪਣੇ MP ਵਾਲਾ ਵੀਰ, ਇੱਕ ਡਾਇਗਰਾਮ ਦੀ ਬਹੁਤ ਫੋਨ 'ਤੇ ਵੀਰ ਨੇ ਕਿਹਾ ਇੱਕ ਦਿਨ, ਕਹਿੰਦਾ ਵੀ ਜ਼ਰੂਰ ਦਿਖਾਈ। ਬਾਕੀ ਮਸ਼ੀਨ ਤਾਂ ਆਪਣੀ ਸਾਰੀ ਕੰਪਲੀਟ ਆ ਹੁਣ, ਲਗਭਗ ਮਾੜਾ ਮੋਟਾ ਹੀ ਕੰਮ ਰਹਿੰਦਾ। ਬਾਕੀ ਕਈ ਵੀਰਾਂ ਦੇ ਕਮੈਂਟ ਆਉਂਦੇ ਬਾਈ ਥਰੈਸ਼ਰ ਵਾਲੇ ਮੀਟਰ ਲਾਉਣ ਦੀ ਕਿੱਕਣਾ ਲੱਗਿਆ ਹੋਇਆ, ਇਹ ਬਾਈ ਤੁਹਾਨੂੰ ਏਜੰਸੀ 'ਚ ਦਿਖਾਵਾਂਗੇ ਜਿੱਦਣ ਆ ਨਾ ਜਾਵਾਂਗੇ, ਉੱਥੇ ਨਵੀਂ ਮਸ਼ੀਨ ਨੂੰ ਕਿਸੇ ਨੂੰ ਲੱਗਦਾ ਹੋਊਗਾ, ਫਿਰ ਦਿਖਾਵਾਂਗੇ ਵੀ ਕਿੱਕਣ ਲਾਉਂਦੇ ਹਾਂ ਮੀਟਰ ਇਹਦਾ ਕਿਵੇਂ ਲਾਉਂਦੇ ਹਾਂ। ਹੈ ਤਾਂ ਸੌਖਾ ਹੀ ਤਰੀਕਾ, ਕੋਈ ਜ਼ਿਆਦਾ ਉਹ ਨਹੀਂ ਹੈਗਾ।